ਵਿਕਟੋਰੀਆ ਪਾਰਕ ਵਾਲਿਆਂ ਦੇ ਸਾਥ ਰਿਹਾ, ਉਹਨਾਂ ਦੀਆਂ ਕੋਈ ਮਜਬੂਰੀਆਂ, ਮੈਂ ਕਿਹਾ ਠੀਕ ਹੈ, ਲੇਕਿਨ ਇੱਕ ਨਵੀਨੇ ਆਦਮੀ ਦਾ ਇੱਥੇ ਆਉਣਾ ਬੜਾ ਮੁਸ਼ਕਿਲ ਹੈ। ਇੱਕ ਅੱਖਰ ਤੋਂ ਨਵੀਨਾ ਬੰਦਾ ਇਸ ਮੁਲਕ ਵਿੱਚ ਫਿਰ ਇਕੱਲਾ ਆਵੇ, ਇਹ ਬਹੁਤ ਮੁਸ਼ਕਿਲਾਂ ਨੇ। ਲੇਕਿਨ ਮੈਂ ਉਹਨਾਂ ਮੁਸ਼ਕਿਲਾਂ ਨੂੰ ਪਿੱਛੇ ਛੋੜ ਕੇ ਜ਼ਿਕਰ ਮੁਸਤਫਾ ਵਾਸਤੇ ਆਇਆ। ਇਹ ਨਹੀਂ ਹੈ ਕਿ ਪਾਕਿਸਤਾਨ ਵਿੱਚ ਪ੍ਰੋਗਰਾਮ ਨਹੀਂ ਹੁੰਦੇ, ਅਲਹਮਦੁਲਿਲਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਐਡੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ, ਬੜੇ ਲੰਬੇ ਚੌੜੇ ਪ੍ਰੋਗਰਾਮ। ਤੁਸੀਂ ਮੇਰੇ ਇੰਟਰਨੈਟ ਤੇ ਵੇਖੋ ਨਾ ਮੇਰੇ ਪ੍ਰੋਗਰਾਮ, ਤੁਹਾਨੂੰ ਪਤਾ ਲੱਗੇ ਵੀ ਇੰਨਾ ਮਜਮਾ ਤੇ ਇੰਨੇ ਪ੍ਰੋਗਰਾਮ ਹੁੰਦੇ ਨੇ। ਲੇਕਿਨ ਇਹ ਨਾ ਆਖਿਆ ਜੇ ਵੀ ਸਾਡੀ ਮਿਹਰਬਾਨੀ, ਬਲਕਿ ਸਾਡੀ ਮਿਹਰਬਾਨੀ ਅਸੀਂ ਜਿਹੜਾ ਤੁਹਾਡੇ ਕੋਲ ਆਉਂਦੇ ਹਾਂ, ਸਿੱਧੀ ਜਿਹੜੀ ਗੱਲ ਹੈ। ਤੁਸੀਂ ਮਤਲਬ ਸੁਭਾਨ ਅੱਲਾ ਵੀ ਇੰਝ ਆਖੋ ਵੀ ਜਿਵੇਂ ਤੁਹਾਡੇ ਕੋਲ ਜ਼ਕਾਤ ਲੈਣੀ ਪੈ ਗਈ, ਮਤਲਬ ਬੰਦਾ ਕੋ ਖੋਲ ਖੁਲਾ ਕੇ ਕੋ ਸੁਭਾਨ ਅੱਲਾ ਕਵੇ। ਹੁਣ ਕਾਰੀ ਸਾਹਿਬ ਅਲਾਮਾ ਸਾਹਿਬ ਨੇ ਬੜਾ ਪਿਆਰਾ ਖਿਤਾਬ ਫਰਮਾਇਆ, ਅਹਿਮਦ ਸਈਦ ਸਾਹਿਬ ਨੇ, ਔਰ ਕਾਰੀ ਅਲੀ ਮੁਹੰਮਦ ਸਾਹਿਬ ਵੀ ਮਾਸ਼ਾਅੱਲਾ, ਉਹਨਾਂ ਦੀ ਕਿਰਤ ਸੁਣ ਕੇ ਮੈਨੂੰ ਬੜੀ ਖੁਸ਼ੀ। ਮੈਂ ਖੁਦ ਕਾਰੀ ਵੀ ਹਾਫਿਜ਼ ਵੀ ਹਾਂ, ਕਾਰੀ ਵੀ ਹਾਂ, ਅਲਬੀਰੀ ਸਾਹਿਬ ਨੂੰ ਪਤਾ ਹੈ, ਔਰ ਸਨਾ ਖਾਨ ਮੁਸਤਫਾ ਵੀ ਹੈ। ਮੇਰੇ ਮੁਤਲਕ ਇੱਕ ਜੁਮਲਾ ਉਹਨਾਂ ਨੇ ਫਰਮਾਇਆ ਹੈ ਕਿ ਅੱਖਾਂ ਤੋਂ ਨਵੀਨੇ ਨੇ, ਮੈਂ ਬਲਕਿ ਆਉਂਦਾ ਉਹਨਾਂ ਮੈਨੂੰ ਨਵੀਨਾ ਕੋਈ ਨਾ ਆਖੇ। ਉਹਦੀ ਵਜ੍ਹਾ ਕਿ ਹਜ਼ੂਰ ਦਾ ਸਨਾ ਅਸਾਂ ਨਵੀਨਾ ਕਿਵੇਂ ਹੋ ਸਕਦਾ। ਲੇਕਿਨ ਉਹਨਾਂ ਦੀ ਮੈਂ ਗੱਲ ਦੀ ਤਰਜਮਾਨੀ ਕਰ ਰਿਹਾ ਕਿ ਮੇਰੇ ਜੇ ਕਮੀਨੇ ਨੂੰ, ਮੇਰੇ ਜੇ ਨਿਕੰਨੇ ਨੂੰ ਇਤਨੀ ਇੱਜ਼ਤਾਂ ਮਿਲ ਗਈਆਂ ਕਿ ਗਮ ਤਮਾਮੀ ਤਸਕੀਨ ਮੇਂ ਢਲ ਜਾਤੇ ਹੈਂ, ਜਬ ਕਰਮ ਹੋਤਾ ਹੈ ਹਾਲਾਤ ਬਦਲ ਜਾਤੇ ਹੈਂ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਉੱਚੀ ਤਾਮੀਨ ਕਹਿ ਦਿਓ। ਇਹ ਮੈਂ ਤੁਹਾਡੇ ਵਾਸਤੇ ਦੁਆ ਕੀਤੀ, ਅੱਲਾਹ ਤੁਹਾਨੂੰ ਖੁਸ਼ ਰੱਖੇ, ਅੱਲਾਹ ਤਾਲਾ ਤੁਹਾਡੀ ਇਹ ਕੋਸ਼ਿਸ਼, ਨਾਥ ਖਾਨਾ ਦੀ ਖਿਦਮਤ, ਨਾਥ ਉਲਮਾਏ ਕਿਰਾਮ ਦੀ ਖਿਦਮਤ ਜਿਹੜੀ ਕਰਦੇ ਹੋ, ਅੱਲਾਹ ਤਾਲਾ ਤੁਹਾਨੂੰ ਕਦੀ ਥੋੜ ਨਾ ਦੇਵੇ, ਔਰ ਹਮੇਸ਼ਾ ਮਹਿਫਲਾਂ ਮਨਾਉਂਦੇ ਰਹੋ, ਅਸੀਂ ਪੜ੍ਹਦੇ ਰਹੀਏ, ਤੁਸੀਂ ਸੁਣਦੇ ਰਹੋ, ਕੋਈ ਬੰਦਾ ਚੁੱਪ ਨਾ ਰਵੇ। ਮੈਂ ਚਿਸ਼ਤੀ ਸਿਆਲਵੀ ਸਿਆਲ ਸ਼ਰੀਫ ਦਾ ਗੁਲਾਮ ਹਾਂ, ਤੇ ਇਸ ਵਾਸਤੇ ਮੈਂ ਆ ਢਿੱਲਾ ਛਿੱਲਾ ਕੰਮ ਜਿਹੜਾ ਨਾ ਕਦੀ ਕੀਤਾ ਹੈ, ਤੇ ਨਾ ਅਗਲੇ ਨੂੰ ਕਦੀ ਕਰਨ ਦਿੱਤਾ, ਨਾ ਆਪ ਆਰਾਮ ਕਰਨਾ ਤੇ ਨਾ ਅਗਲੇ ਨੂੰ ਆਰਾਮ ਕਰਨ ਦੇਣਾ। ਜਰਾ ਤਕੜੇ ਹੋ ਕੇ ਪੜ੍ਹਨਾ, ਦਰੂਦ ਸ਼ਰੀਫ ਪੜ੍ਹੋ ਫਿਰ ਸਾਰੇ ਦੋਸਤ। ਹੋਵੇ
ਉਹ ਦੀਦਾ ਪੀਰ ਮੇਰੇ ਅਲੀ ਹੋਵੇ ਪੜੀਏ ਲਾਲਾ ਮਹਿਫਿਲ ਹੈ ਉਹ ਆ ਗਏ ਨੇ ਜਿਹਦੀ ਮਹਿਫਿਲ ਹੈ ਉਹ ਆ ਗਏ ਨੇ ਪੜੀਏ ਕਾਰੋਬਾਰ ਤੁਸੀਂ ਲਜਪਾਲ ਜਿਦਾ ਰਖਵਾਲਾ ਓਹਨੂੰ ਕੌਣ ਮਿਟਾਵਣ ਓਹਨੂੰ ਕੌਣ ਮਿਟਾਵਣ ਉੱਚੀ ਉੱਚੀ ਓਹਨੂੰ ਕੌਣ ਮਿਟਾਵਣ ਪਾਕ ਨੇ ਪੁੱਤਰ ਵੰਡੇ ਅੱਲਾ ਪਾਕ ਨੇ ਪੁੱਤਰ ਵੰਡੇ ਪੜੀਏ ਲਾ ਹਾਜ਼ਰੀ ਫੇਰ ਮਦੀਨੇ ਦੀ ਹੋਵੇ ਹਾਜ਼ਰੀ